ਅੱਜ 12 ਵਜੇ ਦੇ ਕਰੀਬ ਦਿਨ ਇੱਕ ਮੋਟਰਸਾਈਕਲ ਤੇ ਕ੍ਰਿਸ਼ਨ ਸਿੰਘ ਤਾਂ ਉਹਦੀ ਪਤਨੀ ਪਰਮਜੀਤ ਕੌਰ ਆਪਣੇ ਪਿੰਡ ਵਾੜੇ ਜਗੀਰ ਤੋਂ ਸ਼ਾਹਕੋਟ ਸਾਈਡ ਨੂੰ ਜਾ ਰਹੇ ਸੀ ਕਿਸੇ ਆਪਣੇ ਨਿੱਜੀ ਕੰਮ ਦੇ ਲਈ। ਉਹਦਾ ਭਰਾ ਜਿਹੜਾ ਆ ਉਹ ਪਿੱਛੇ ਪਿੱਛੇ ਆ ਰਿਹਾ ਸੀ। ਜਦੋਂ ਉਹ ਟੀ ਪੁਆਇੰਟ ਮਲਸੀਆਂ ਨੇੜੇ APS ਕਾਲਜ ਦੇ ਸਾਹਮਣੇ ਹਾਈਵੇ 'ਤੇ ਚੜ੍ਹਨ ਲੱਗੇ ਤਾਂ ਸ਼ਾਹਕੋਟ ਨੂੰ ਕ੍ਰੋਸ ਕਰਨਾ ਸੀ ਤਾਂ ਸ਼ਾਹਕੋਟ ਸਾਈਡ ਤੋਂ ਇੱਕ ਫੋਰਸ ਜੀਪ ਜਿਹਦੇ ਵਿੱਚ 4-5 ਸਵਾਰੀਆਂ ਸੀ ਬੜੀ ਤੇਜ਼ ਰਫ਼ਤਾਰ ਨਾਲ ਆਈ ਜਿਹਨੇ ਲਾਪਰਵਾਹੀ ਨਾਲ ਲਿਆ ਕੇ ਮੋਟਰਸਾਈਕਲ ਦੇ ਵਿੱਚ ਮਾਰ ਦਿੱਤੀ ਜਿਸ ਨਾਲ ਪਰਮਜੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਸਦੇ ਪਤੀ ਕ੍ਰਿਸ਼ਨ ਸਿੰਘ ਦੀ ਸਿਵਲ ਹਸਪਤਾਲ ਜਲੰਧਰ ਲਿਜਾਂਦੇ ਸਮੇਂ ਰਸਤੇ ਵਿੱਚ ਮੌਤ ਹੋ ਗਈ ਜਿਹਦੀ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।